फ्रेंड्स, और वीडियोस के लिए हमारे इस चैनल को सब्सक्राइब करें और बेल आइकन को भी जरूर दबाएं। हेलो फ्रेंड्स, वेलकम टू माय यूट्यूब चैनल। फ्रेंड्स, आज अपनी वीडियो में SST ਦੇ ਇੰਪੋਰਟੈਂਟ ਕੁਐਸਚਨਸ ਕਰਾਂਗੇ ਜਿਹੜੇ ਕਿ PSTET ਦੇ ਐਗਜ਼ਾਮ ਵਿੱਚ ਆ ਸਕਦੇ ਹਨ। ਇਹਨਾਂ ਨੂੰ ਤੁਸੀਂ ਜਰੂਰ ਕਰ ਲਿਓ। ਤਾਂ ਚਲੋ ਫ੍ਰੈਂਡਸ, ਸਟਾਰਟ ਕਰਦੇ ਹਾਂ। ਪਹਿਲਾ ਜੋ ਕੁਐਸਚਨ ਹੈ ਜੀ, ਉਹ ਹੈ ਦੱਖਣੀ ਭਾਰਤ ਦੇ ਮੰਦਰਾਂ ਵਿੱਚ ਪਾਏ ਜਾਣ ਵਾਲੇ ਵੱਡੇ ਦਰਵਾਜ਼ਿਆਂ ਨੂੰ ਕਿਹਾ ਜਾਂਦਾ ਹੈ। ਤਾਂ ਉਹਨਾਂ ਦਰਵਾਜ਼ਿਆਂ ਨੂੰ ਕੀ ਕਿਹਾ ਜਾਂਦਾ ਹੈ ਜਿਹੜੇ ਦੱਖਣੀ ਭਾਰਤ ਦੇ ਮੰਦਰਾਂ ਵਿੱਚ ਪਾਏ ਜਾਂਦੇ ਹਨ? ਤਾਂ ਪਹਿਲਾ ਆਪਸ਼ਨ ਹੈ ਜੀ ਸ਼ਿਖਰ, ਦੂਜਾ ਆਪਸ਼ਨ ਹੈ ਗੋਪੁਰਮ, ਤੀਜਾ ਆਪਸ਼ਨ ਹੈ ਦੇਵਾਲੇ, ਚੌਥਾ ਆਪਸ਼ਨ ਹੈ ਉਪਰੋਕਤ ਵਿੱਚੋਂ ਕੋਈ ਨਹੀਂ। ਤਾਂ ਰਾਈਟ ਆਂਸਰ ਕੀ ਹੋਵੇਗਾ ਜੀ? ਰਾਈਟ ਆਂਸਰ ਹੋਵੇਗਾ ਦੂਜਾ ਆਪਸ਼ਨ, ਗੋਪੁਰਮ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਵਿਜੈਨਗਰ ਸਾਮਰਾਜ ਦੇ ਅਵਸ਼ੇਸ਼ ਦੇਖੇ ਜਾ ਸਕਦੇ ਹਨ? ਤਾਂ ਕਿੱਥੇ ਦੇਖੇ ਜਾ ਸਕਦੇ ਹਨ ਜੀ? ਪਹਿਲਾ ਆਪਸ਼ਨ ਹੈ ਬੀਜਾਪੁਰ ਵਿਖੇ, ਦੂਜਾ ਆਪਸ਼ਨ ਹੈ ਗੋਲਕੁੰਡਾ ਵਿਖੇ, ਤੀਜਾ ਆਪਸ਼ਨ ਹੈ ਹੰਪੀ ਵਿਖੇ, ਚੌਥਾ ਆਪਸ਼ਨ ਹੈ ਬੜੌਦਾ ਵਿਖੇ। ਤਾਂ ਰਾਈਟ ਆਂਸਰ ਕੀ ਹੋਵੇਗਾ ਜੀ? ਵਿਜੈਨਗਰ ਸਾਮਰਾਜ ਦੇ ਅਵਸ਼ੇਸ਼ ਕਿੱਥੇ ਦੇਖੇ ਜਾ ਸਕਦੇ ਹਨ? ਤਾਂ ਰਾਈਟ ਆਂਸਰ ਹੋਵੇਗਾ ਤੀਜਾ ਆਪਸ਼ਨ, ਹੰਪੀ ਵਿਖੇ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਅਲਬਰੂਨੀ ਭਾਰਤ ਆਇਆ ਤਾਂ ਕਦੋਂ ਆਇਆ ਸੀ ਜੀ? ਪਹਿਲਾ ਆਪਸ਼ਨ ਹੈ ਨਵੀਂ ਸ਼ਤਾਬਦੀ ਵਿੱਚ, ਦੂਜਾ ਆਪਸ਼ਨ ਹੈ ਦਸਵੀਂ ਸ਼ਤਾਬਦੀ ਵਿੱਚ, ਤੀਜਾ ਆਪਸ਼ਨ ਹੈ ਗਿਆਰਵੀਂ ਸ਼ਤਾਬਦੀ ਵਿੱਚ, ਚੌਥਾ ਆਪਸ਼ਨ ਹੈ ਬਾਰਵੀਂ ਸ਼ਤਾਬਦੀ ਵਿੱਚ। ਤਾਂ ਅਲਬਰੂਨੀ ਕਦੋਂ ਆਇਆ ਸੀ ਜੀ ਭਾਰਤ? ਤਾਂ ਰਾਈਟ ਆਂਸਰ ਹੋਵੇਗਾ ਤੀਜਾ ਆਪਸ਼ਨ, ਅਲਬਰੂਨੀ ਗਿਆਰਵੀਂ ਸ਼ਤਾਬਦੀ ਵਿੱਚ ਭਾਰਤ ਆਇਆ ਸੀ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਜਿਹੜਾ ਮੁਸਲਮਾਨ ਵਿਦਵਾਨ ਮੁਹੰਮਦ ਗਜ਼ਨੀ ਦੇ ਨਾਲ ਰਿਹਾ ਉਹ ਸੀ, ਤਾਂ ਕੌਣ ਸੀ ਜੀ? ਪਹਿਲਾ ਆਪਸ਼ਨ ਹੈ ਇਬਨ ਬਤੂਤਾ, ਦੂਜਾ ਆਪਸ਼ਨ ਹੈ ਅਲਬਰੂਨੀ, ਤੀਜਾ ਆਪਸ਼ਨ ਹੈ ਅਮੀਰ ਖੁਸਰੋ, ਚੌਥਾ ਆਪਸ਼ਨ ਹੈ ਫਰਿਸ਼ਤਾ। ਤਾਂ ਕੌਣ ਸੀ ਜੀ? ਇਸਦਾ ਜੋ ਰਾਈਟ ਆਂਸਰ ਹੋਵੇਗਾ ਉਹ ਹੋਵੇਗਾ ਦੂਜਾ ਆਪਸ਼ਨ, ਅਲਬਰੂਨੀ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਆਇਨੇ ਅਕਬਰੀ ਲਿਖੀ ਗਈ ਸੀ ਤਾਂ ਕਿਸ ਦੇ ਦੁਆਰਾ ਲਿਖੀ ਗਈ ਸੀ ਜੀ? ਪਹਿਲਾ ਆਪਸ਼ਨ ਹੈ ਫਰਿਸ਼ਤਾ ਦੁਆਰਾ, ਦੂਜਾ ਆਪਸ਼ਨ ਹੈ ਇਬਨ ਬਤੂਤਾ ਦੁਆਰਾ, ਤੀਜਾ ਆਪਸ਼ਨ ਹੈ ਅਬੁਲ ਫਜ਼ਲ ਦੁਆਰਾ, ਚੌਥਾ ਆਪਸ਼ਨ ਹੈ ਬੀਰਬਲ ਦੁਆਰਾ। ਤਾਂ ਕਿਸਨੇ ਲਿਖੀ ਸੀ ਜੀ? ਇਸਦਾ ਰਾਈਟ ਆਂਸਰ ਹੋਵੇਗਾ ਤੀਜਾ ਆਪਸ਼ਨ, ਆਇਨੇ ਅਕਬਰੀ ਅਬੁਲ ਫਜ਼ਲ ਦੁਆਰਾ ਲਿਖੀ ਗਈ ਸੀ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਤਾਂਬੇ ਦੇ ਸਿੱਕੇ ਚਲਾਏ ਗਏ ਸਨ ਤਾਂ ਕਿਸਦੇ ਦੁਆਰਾ ਚਲਾਏ ਗਏ ਸਨ ਜੀ? ਪਹਿਲਾ ਆਪਸ਼ਨ ਹੈ ਅਲਾਊਦੀਨ ਦੁਆਰਾ, ਦੂਜਾ ਆਪਸ਼ਨ ਹੈ ਸ਼ੇਰ ਸ਼ਾਹ ਦੁਆਰਾ, ਤੀਜਾ ਆਪਸ਼ਨ ਹੈ ਮੁਹੰਮਦ ਬਿਨ ਤੁਗਲਕ ਦੁਆਰਾ, ਚੌਥਾ ਆਪਸ਼ਨ ਹੈ ਫਿਰੋਜ਼ ਸ਼ਾਹ ਤੁਗਲਕ ਦੁਆਰਾ। ਤਾਂ ਰਾਈਟ ਆਂਸਰ ਕੀ ਹੋਵੇਗਾ ਜੀ? ਰਾਈਟ ਆਂਸਰ ਹੋਵੇਗਾ ਤੀਜਾ ਆਪਸ਼ਨ, ਮੁਹੰਮਦ ਬਿਨ ਤੁਗਲਕ ਦੁਆਰਾ ਤਾਂਬੇ ਸਿੱਕੇ ਚਲਾਏ ਗਏ ਸਨ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਇਕਤੇਦਾਰੀ ਪ੍ਰਣਾਲੀ ਯਾਨੀ ਕਿ ਇਕਤੇਦਾਰੀ ਸਿਸਟਮ ਲਾਗੂ ਕੀਤਾ ਗਿਆ ਕਿਸਦੇ ਦੁਆਰਾ? ਤਾਂ ਪਹਿਲਾ ਆਪਸ਼ਨ ਹੈ ਜੀ ਬਲਬਨ ਦੁਆਰਾ, ਦੂਜਾ ਆਪਸ਼ਨ ਹੈ ਐਬਕ ਦੁਆਰਾ, ਤੀਜਾ ਆਪਸ਼ਨ ਹੈ ਇਲਤੁਤਮਿਸ਼ ਦੁਆਰਾ, ਚੌਥਾ ਆਪਸ਼ਨ ਹੈ ਅਲਾਊਦੀਨ ਖਿਲਜੀ ਦੁਆਰਾ। ਤਾਂ ਕਿਸਨੇ ਲਾਗੂ ਕੀਤਾ ਸੀ ਜੀ? ਤਾਂ ਰਾਈਟ ਆਂਸਰ ਹੈ ਜੀ ਇਸਦਾ ਤੀਜਾ ਆਪਸ਼ਨ, ਇਲਤੁਤਮਿਸ਼ ਦੁਆਰਾ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਉਹ ਸੁਲਤਾਨ ਜਿਸਦੇ ਗੁਲਾਮਾਂ ਦੀ ਦੇਖਭਾਲ ਲਈ ਅਲੱਗ ਵਿਭਾਗ ਦਾ ਗਠਨ ਕੀਤਾ ਸੀ ਉਹ ਸੀ, ਤਾਂ ਕੌਣ ਸੀ ਜੀ? ਪਹਿਲਾ ਆਪਸ਼ਨ ਹੈ ਇਲਤੁਤਮਿਸ਼, ਦੂਜਾ ਆਪਸ਼ਨ ਹੈ ਬਲਬਨ, ਤੀਜਾ ਆਪਸ਼ਨ ਹੈ ਫਿਰੋਜ਼ ਸ਼ਾਹ ਤੁਗਲਕ, ਚੌਥਾ ਆਪਸ਼ਨ ਹੈ ਮੁਹੰਮਦ ਬਿਨ ਤੁਗਲਕ। ਤਾਂ ਇਸਦਾ ਰਾਈਟ ਆਂਸਰ ਕੀ ਹੋਵੇਗਾ ਜੀ? ਇਸਦਾ ਰਾਈਟ ਆਂਸਰ ਹੋਵੇਗਾ ਤੀਜਾ ਆਪਸ਼ਨ, ਫਿਰੋਜ਼ ਸ਼ਾਹ ਤੁਗਲਕ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਕਿਹੜੇ ਸਾਲ ਗਾਂਧੀ ਜੀ ਆਪਣੇ ਦੇਸ਼ ਅਤੇ ਲੋਕਾਂ ਦੀ ਸੇਵਾ ਕਰਨ ਲਈ ਦੱਖਣੀ ਅਫਰੀਕਾ ਤੋਂ ਵਾਪਸ ਆਏ? ਤਾਂ ਪਹਿਲਾ ਆਪਸ਼ਨ ਹੈ ਜੀ 1914 ਵਿੱਚ, ਦੂਜਾ ਆਪਸ਼ਨ ਹੈ 1915 ਵਿੱਚ, ਤੀਜਾ ਆਪਸ਼ਨ ਹੈ 1918 ਵਿੱਚ, ਚੌਥਾ ਆਪਸ਼ਨ ਹੈ 1916 ਵਿੱਚ। ਤਾਂ ਇਸਦਾ ਰਾਈਟ ਆਂਸਰ ਕੀ ਹੋਵੇਗਾ ਜੀ? ਇਸਦਾ ਰਾਈਟ ਆਂਸਰ ਹੋਵੇਗਾ 1915 ਵਿੱਚ, ਯਾਨੀ ਦੂਜਾ ਆਪਸ਼ਨ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਭਾਰਤੀ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ? ਪਹਿਲਾ ਆਪਸ਼ਨ ਹੈ ਜੀ 1908 ਈਸਵੀ ਵਿੱਚ, ਦੂਜਾ ਆਪਸ਼ਨ 1939 ਈਸਵੀ ਵਿੱਚ, ਤੀਜਾ ਆਪਸ਼ਨ 1940 ਈਸਵੀ ਵਿੱਚ, ਚੌਥਾ ਆਪਸ਼ਨ ਹੈ 1906 ਈਸਵੀ ਵਿੱਚ। ਤਾਂ ਭਾਰਤੀ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ ਸੀ ਜੀ? ਰਾਈਟ ਆਂਸਰ ਹੈ ਚੌਥਾ ਆਪਸ਼ਨ, 1906 ਈਸਵੀ ਵਿੱਚ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਸੱਤਿਆਗ੍ਰਹਿ ਦਾ ਪਹਿਲਾ ਪ੍ਰਯੋਗ 1917 ਈਸਵੀ ਵਿੱਚ ਡੈਸ਼ ਵਿਖੇ ਹੋਇਆ, ਤਾਂ ਕਿੱਥੇ ਹੋਇਆ ਜੀ? ਪਹਿਲਾ ਆਪਸ਼ਨ ਹੈ ਬਾਰਡੋਲੀ, ਦੂਜਾ ਆਪਸ਼ਨ ਹੈ ਸਾਬਰਮਤੀ, ਤੀਜਾ ਆਪਸ਼ਨ ਹੈ ਚੰਪਾਰਨ, ਚੌਥਾ ਆਪਸ਼ਨ ਹੈ ਅਹਿਮਦਾਬਾਦ। ਤਾਂ ਰਾਈਟ ਆਂਸਰ ਕੀ ਹੋਵੇਗਾ ਜੀ? ਰਾਈਟ ਆਂਸਰ ਹੋਵੇਗਾ ਤੀਜਾ ਆਪਸ਼ਨ, ਚੰਪਰਨ ਵਿਖੇ ਸੱਤਿਆਗ੍ਰਹਿ ਦਾ ਪਹਿਲਾ ਪ੍ਰਯੋਗ 1917 ਵਿੱਚ ਹੋਇਆ ਸੀ। ਠੀਕ ਹੈ ਜੀ। ਰਾਈਟ ਆਂਸਰ ਹੋਵੇਗਾ ਤੀਜਾ ਆਪਸ਼ਨ। ਨੈਕਸਟ ਕੁਐਸਚਨ ਹੈ ਜੀ, 1943 ਈਸਵੀ ਵਿੱਚ ਭਾਰਤੀ ਰਾਸ਼ਟਰੀ ਸੈਨਾ ਦੀ ਸਥਾਪਨਾ ਕਿੱਥੇ ਹੋਈ?
ਤਾਂ ਕਿੱਥੇ ਹੋਈ ਸੀ ਜੀ? ਪਹਿਲਾ ਆਪਸ਼ਨ ਹੈ ਕਲਕੱਤਾ, ਦੂਜਾ ਆਪਸ਼ਨ ਹੈ ਜਾਪਾਨ, ਤੀਜਾ ਆਪਸ਼ਨ ਹੈ ਸਿੰਗਾਪੁਰ, ਚੌਥਾ ਆਪਸ਼ਨ ਹੈ ਬਰਮਾ। ਤਾਂ ਕਿੱਥੇ ਹੋਈ ਸੀ ਜੀ? ਇਸਦਾ ਰਾਈਟ ਆਨਸਰ ਹੋਵੇਗਾ ਤੀਜਾ ਆਪਸ਼ਨ, ਸਿੰਗਾਪੁਰ। ਠੀਕ ਹੈ ਜੀ, ਨੈਕਸਟ ਕੁਸ਼ਚਨ ਹੈ ਰਾਸ਼ਟਰਪਿਤਾ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਪਹਿਲਾ ਆਪਸ਼ਨ ਹੈ ਜੀ ਰਵਿੰਦਰਨਾਥ ਟੈਗੋਰ ਨੂੰ, ਦੂਜਾ ਆਪਸ਼ਨ ਹੈ ਬਾਲ ਗੰਗਾਧਰ ਤਿਲਕ ਨੂੰ, ਤੀਜਾ ਆਪਸ਼ਨ ਹੈ ਮਹਾਤਮਾ ਗਾਂਧੀ ਨੂੰ, ਚੌਥਾ ਆਪਸ਼ਨ ਹੈ ਜਵਾਹਰ ਲਾਲ ਨਹਿਰੂ ਨੂੰ। ਤਾਂ ਇਹ ਤਾਂ ਬਹੁਤ ਈਜ਼ੀ ਆਨਸਰ ਹੈ ਜੀ, ਸਭ ਨੂੰ ਪਤਾ ਹੋਏਗਾ ਰਾਸ਼ਟਰਪਿਤਾ ਕਿਸ ਨੂੰ ਕਿਹਾ ਜਾਂਦਾ ਹੈ ਜੀ। ਤਾਂ ਰਾਈਟ ਆਨਸਰ ਹੋਵੇਗਾ ਤੀਜਾ ਆਪਸ਼ਨ, ਮਹਾਤਮਾ ਗਾਂਧੀ ਨੂੰ। ਠੀਕ ਹੈ ਜੀ, ਨੈਕਸਟ ਕੁਸ਼ਚਨ ਹੈ ਦੁਨੀਆ ਦਾ ਸਭ ਤੋਂ ਵੱਡਾ ਮਹਾਂਦੀਪ ਹੈ ਤਾਂ ਕਿਹੜਾ ਹੈ ਜੀ? ਪਹਿਲਾ ਆਪਸ਼ਨ ਹੈ ਅਫਰੀਕਾ, ਦੂਜਾ ਆਪਸ਼ਨ ਹੈ ਉੱਤਰੀ ਅਮਰੀਕਾ, ਤੀਜਾ ਆਪਸ਼ਨ ਹੈ ਏਸ਼ੀਆ, ਚੌਥਾ ਆਪਸ਼ਨ ਹੈ ਐਂਟਾਰਕਟਿਕਾ। ਤਾਂ ਰਾਈਟ ਆਨਸਰ ਕੀ ਹੈ ਜੀ? ਦੁਨੀਆ ਦਾ ਸਭ ਤੋਂ ਵੱਡਾ ਮਹਾਂਦੀਪ ਕਿਹੜਾ ਹੈ? ਤੀਜਾ ਆਪਸ਼ਨ ਏਸ਼ੀਆ। ਠੀਕ ਹੈ ਜੀ, ਏਸ਼ੀਆ ਦੁਨੀਆ ਦਾ ਸਭ ਤੋਂ ਵੱਡਾ ਮਹਾਂਦੀਪ ਹੈ, ਤਾਂ ਰਾਈਟ ਆਨਸਰ ਤੀਜਾ ਆਪਸ਼ਨ ਹੋਵੇਗਾ ਜੀ। ਨੈਕਸਟ ਕੁਸ਼ਚਨ ਹੈ ਦੇਸ਼ ਵਿੱਚ ਸਭ ਤੋਂ ਪੁਰਾਣੀਆਂ ਚੱਟਾਨਾਂ ਕਿਹੜੀਆਂ ਹਨ? ਤਾਂ ਕਿਹੜੀਆਂ ਹਨ ਜੀ? ਪਹਿਲਾ ਆਪਸ਼ਨ ਹੈ ਹਿਮਾਲਿਆ, ਦੂਜਾ ਆਪਸ਼ਨ ਹੈ ਅਰਾਵਲੀ, ਤੀਜਾ ਆਪਸ਼ਨ ਹੈ ਭਾਰਤੀ ਗੰਗਾ ਦੀਆਂ ਚੱਟਾਨਾਂ, ਚੌਥਾ ਆਪਸ਼ਨ ਹੈ ਸ਼ਿਵਾਲਿਕ। ਤਾਂ ਕਿਹੜੀਆਂ ਹਨ ਜੀ ਜਿਹੜੀਆਂ ਸਭ ਤੋਂ ਪੁਰਾਣੀਆਂ ਚੱਟਾਨਾਂ ਹਨ? ਤਾਂ ਰਾਈਟ ਆਨਸਰ ਹੋਵੇਗਾ ਦੂਜਾ ਆਪਸ਼ਨ, ਅਰਾਵਲੀ। ਠੀਕ ਹੈ ਜੀ, ਨੈਕਸਟ ਕੁਸ਼ਚਨ ਹੈ ਭਾਰਤੀ ਰਾਜਾਂ ਨੂੰ ਭਾਸ਼ਾ ਦੇ ਆਧਾਰ 'ਤੇ ਸਭ ਤੋਂ ਪਹਿਲਾਂ ਕਦੋਂ ਵਿਵਸਥਿਤ ਕੀਤਾ ਗਿਆ? ਤਾਂ ਕਦੋਂ ਕੀਤਾ ਜੀ? ਪਹਿਲਾ ਆਪਸ਼ਨ ਹੈ 1947 ਈਸਵੀ ਵਿੱਚ, ਦੂਜਾ ਆਪਸ਼ਨ ਹੈ 1950 ਈਸਵੀ ਵਿੱਚ, ਤੀਜਾ ਆਪਸ਼ਨ ਹੈ 1952 ਈਸਵੀ ਵਿੱਚ, ਚੌਥਾ ਆਪਸ਼ਨ 1956 ਈਸਵੀ ਵਿੱਚ। ਤਾਂ ਰਾਈਟ ਆਨਸਰ ਕੀ ਹੋਵੇਗਾ ਜੀ? ਰਾਈਟ ਆਨਸਰ ਹੋਵੇਗਾ ਚੌਥਾ ਆਪਸ਼ਨ, 1956 ਈਸਵੀ ਵਿੱਚ ਭਾਰਤੀ ਰਾਜਾਂ ਨੂੰ ਭਾਸ਼ਾ ਦੇ ਆਧਾਰ 'ਤੇ ਸਭ ਤੋਂ ਪਹਿਲਾਂ ਵਿਵਸਥਿਤ ਕੀਤਾ ਗਿਆ ਸੀ। ਠੀਕ ਹੈ ਜੀ, ਨੈਕਸਟ ਕੁਸ਼ਚਨ ਹੈ ਕਿਹੜਾ ਪ੍ਰਾਂਤ ਕਰਕ ਰੇਖਾ ਦੁਆਰਾ ਦੋ ਹਿੱਸਿਆਂ ਵਿੱਚ ਨਹੀਂ ਵੰਡਿਆ ਜਾਂਦਾ ਹੈ? ਤਾਂ ਆਪਾਂ ਸਟੇਟ ਦੱਸਣਾ ਹੈ ਜੀ, ਪ੍ਰਾਂਤ ਦੱਸਣਾ ਹੈ ਜਿਹੜਾ ਕਿ ਕਰਕ ਰੇਖਾ ਦੁਆਰਾ ਦੋ ਹਿੱਸਿਆਂ ਵਿੱਚ ਨਹੀਂ ਵੰਡਿਆ ਜਾਂਦਾ ਜਦੋਂ ਕਰਕ ਰੇਖਾ ਨਿਕਲਦੀ ਵਿੱਚੋਂ। ਤਾਂ ਪਹਿਲਾ ਆਪਸ਼ਨ ਹੈ ਜੀ ਉੜੀਸਾ, ਦੂਜਾ ਆਪਸ਼ਨ ਗੁਜਰਾਤ, ਤੀਜਾ ਆਪਸ਼ਨ ਪੱਛਮੀ ਬੰਗਾਲ, ਚੌਥਾ ਆਪਸ਼ਨ ਹੈ ਰਾਜਸਥਾਨ। ਤਾਂ ਕਿਹੜਾ ਹੈ ਜੀ ਉਹ ਪ੍ਰਾਂਤ? ਤਾਂ ਰਾਈਟ ਆਨਸਰ ਕੀ ਹੋਵੇਗਾ ਜੀ? ਰਾਈਟ ਆਨਸਰ ਹੋਵੇਗਾ ਪਹਿਲਾ ਆਪਸ਼ਨ, ਉੜੀਸਾ। ਠੀਕ ਹੈ ਜੀ, ਨੈਕਸਟ ਕੁਸ਼ਚਨ ਹੈ ਭਾਰਤ ਦਾ ਕਿਹੜਾ ਖੇਤਰ ਪ੍ਰਾਚੀਨ ਗੋਂਦਵਾਨਾ ਲੈਂਡਮਾਸ ਨਾਲ ਸੰਬੰਧਿਤ ਹੈ? ਤਾਂ ਕਿਹੜਾ ਹੈ ਜੀ? ਤਾਂ ਪਹਿਲਾ ਆਪਸ਼ਨ ਹੈ ਹਿਮਾਲਿਆ, ਦੂਜਾ ਆਪਸ਼ਨ ਹੈ ਗੰਗਾ ਨਦੀ ਦਾ ਖੇਤਰ, ਤੀਜਾ ਆਪਸ਼ਨ ਹੈ ਥਾਰ ਮਾਰੂਥਲ, ਚੌਥਾ ਆਪਸ਼ਨ ਹੈ ਦੱਖਣ ਪਠਾਰ। ਤਾਂ ਕਿਹੜਾ ਹੈ ਜੀ ਜਿਹੜਾ ਗੋਂਡਵਾਨਾ ਲੈਂਡਮਾਸ ਨਾਲ ਸੰਬੰਧਿਤ ਹੈ? ਤਾਂ ਰਾਈਟ ਆਨਸਰ ਕੀ ਹੋਵੇਗਾ ਜੀ? ਰਾਈਟ ਆਨਸਰ ਹੋਵੇਗਾ ਦੂਜਾ ਆਪਸ਼ਨ, ਗੰਗਾ ਨਦੀ ਦਾ ਖੇਤਰ। ਤਾਂ ਇਹ ਜੋ ਖੇਤਰ ਹੈ ਜੀ ਇਹ ਗੋਂਡਵਾਨਾ ਲੈਂਡਮਾਸ ਨਾਲ ਸੰਬੰਧਿਤ ਹੈ। ਤਾਂ ਨੈਕਸਟ ਕੁਸ਼ਚਨ ਹੈ ਜੀ ਪੂਰਬ ਦੀ ਤਰਫ ਧਰਤੀ ਦੇ ਝੁਕਾਅ ਦਾ ਕਾਰਨ ਹੈ? ਤਾਂ ਕੀ ਕਾਰਨ ਹੈ ਜੀ ਕਿ ਪੂਰਬ ਦੇ ਵਿੱਚ ਜੋ ਧਰਤੀ ਹੈ ਉਹ ਝੁਕੀ ਹੋਈ ਹੈ, ਇਹਦਾ ਕਾਰਨ ਕੀ ਹੈ? ਤਾਂ ਪਹਿਲਾ ਆਪਸ਼ਨ ਹੈ ਜੀ ਸਮੁੰਦਰਾਂ ਅਤੇ ਮਹਾਂਦੀਪਾਂ ਦੀ ਮੌਜੂਦਗੀ, ਦੂਜਾ ਆਪਸ਼ਨ ਹੈ ਉੱਤਰੀ ਗੋਲਾਰਧ ਵਿੱਚ ਮਹਾਂਦੀਪਾਂ ਦਾ ਭਾਰ ਅੰਟਾਰਕਟਿਕਾ ਦੀ ਬਰਫ਼ ਦੇ ਭਾਰ ਤੋਂ ਜ਼ਿਆਦਾ ਹੈ, ਤੀਜਾ ਆਪਸ਼ਨ ਹੈ ਭੂਮੱਧ ਰੇਖਾ ਉੱਤੇ ਥੋੜ੍ਹਾ ਜਿਹਾ ਉਭਾਰ ਹੈ, ਚੌਥਾ ਆਪਸ਼ਨ ਹੈ ਗ੍ਰੀਨ ਵਿੱਚ ਮੈਰੀਡੀਅਨ ਧਰਤੀ ਨੂੰ ਦੋ ਭਾਗਾਂ ਵਿੱਚ ਵੰਡਦਾ ਹੈ। ਤਾਂ ਕੀ ਕਾਰਨ ਹੈ ਜੀ ਇਸਦਾ? ਜੋ ਕਾਰਨ ਹੈ ਉਹ ਹੈ ਤੀਜਾ ਆਪਸ਼ਨ, ਭੂਮੱਧ ਰੇਖਾ ਉੱਤੇ ਥੋੜ੍ਹਾ ਜਿਹਾ ਉਭਾਰ ਹੈ ਜਿਸ ਦੇ ਕਾਰਨ ਜੋ ਧਰਤੀ ਹੈ ਸਾਡੀ ਉਹ ਪੂਰਬ ਦੀ ਤਰਫ ਝੁਕੀ ਹੋਈ ਹੈ। ਠੀਕ ਹੈ ਜੀ, ਤਾਂ ਨੈਕਸਟ ਕੁਸ਼ਚਨ ਹੈ ਜੀ ਭਾਰਤ ਦਾ ਉਪ ਰਾਸ਼ਟਰਪਤੀ, ਪਹਿਲਾ ਆਪਸ਼ਨ ਹੈ ਸਿੱਧਾ ਲੋਕਾਂ ਦੁਆਰਾ ਚੁਣਿਆ ਜਾਂਦਾ ਹੈ, ਦੂਜਾ ਆਪਸ਼ਨ ਹੈ ਉਸੇ ਚੋਣ ਮੰਡਲ ਦੁਆਰਾ ਚੁਣਿਆ ਜਾਂਦਾ ਹੈ ਜਿਸ ਦੁਆਰਾ ਰਾਸ਼ਟਰਪਤੀ ਚੁਣਿਆ ਜਾਂਦਾ ਹੈ, ਤੀਜਾ ਆਪਸ਼ਨ ਹੈ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੁਆਰਾ ਚੁਣਿਆ ਜਾਂਦਾ ਹੈ, ਚੌਥਾ ਆਪਸ਼ਨ ਹੈ ਇਕੱਲੀ ਰਾਜ ਸਭਾ ਦੇ ਮੈਂਬਰਾਂ ਦੁਆਰਾ ਚੁਣਿਆ ਜਾਂਦਾ ਹੈ। ਤਾਂ ਕਿਸ ਤਰ੍ਹਾਂ ਚੁਣਿਆ ਜਾਂਦਾ ਇਹ ਦੱਸਣਾ ਹੈ ਅਸੀਂ। ਤਾਂ ਰਾਈਟ ਆਨਸਰ ਕੀ ਹੋਵੇਗਾ ਜੀ? ਰਾਈਟ ਆਨਸਰ ਹੋਵੇਗਾ ਤੀਜਾ ਆਪਸ਼ਨ, ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਦੁਆਰਾ ਚੁਣਿਆ ਜਾਂਦਾ ਹੈ ਭਾਰਤ ਦਾ ਉਪ ਰਾਸ਼ਟਰਪਤੀ। ਠੀਕ ਹੈ ਜੀ, ਤਾਂ ਇਸਦਾ ਜੋ ਰਾਈਟ ਆਨਸਰ ਹੋਵੇਗਾ ਜੀ ਉਹ ਹੋਵੇਗਾ ਤੀਜਾ ਆਪਸ਼ਨ,
ਠੀਕ ਹੈ ਜੀ। ਤਾਂ ਇਹ SST ਦੇ ਇੰਪੋਰਟੈਂਟ ਕੁਐਸਚਨਸ ਹਨ ਜੀ, ਇਹਨਾਂ ਨੂੰ ਤੁਸੀਂ ਜ਼ਰੂਰ ਕਰ ਲਿਓ, PSTET ਦੇ ਇਗਜ਼ਾਮ ਲਈ ਇੰਪੋਰਟੈਂਟ ਹੈ ਬਹੁਤ ਜ਼ਿਆਦਾ, ਠੀਕ ਹੈ ਜੀ। ਅਤੇ ਮੇਰੇ ਇਸ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ, ਮੈਂ ਨੈਕਸਟ ਵੀਡੀਓ ਵਿੱਚ ਉਹ ਵੀ ਤੁਹਾਨੂੰ ਕੁਐਸਚਨ ਦੱਸਦਾ ਰਹਾਂਗਾ। ਅਤੇ ਚਲੋ ਮਿਲਦੇ ਹਾਂ ਫਰੈਂਡਸ ਨੈਕਸਟ ਵੀਡੀਓ ਵਿੱਚ, ਉਦੋਂ ਤੱਕ ਲਈ ਥੈਂਕ ਯੂ।